ਪਿਟਬੁੱਲ ਵਰਗੀਆਂ ਨਸਲਾਂ ਤੇ ਲੱਗਿਆ ਬੈਨ, ਕੁੱਤਿਆਂ ਨੂੰ ਇਨਸਾਫ ਦਿਵਾਉਣ ਦੇ ਲਈ ਸੜਕਾਂ ਤੇ ਆਏ ਲੋਕ ਕਹਿੰਦੇ ਜੇ ਬੈਨ ਲਗਾਉਣਾ ਤਾਂ ਆਵਾਰਾ ਕੁੱਤਿਆਂ ਤੇ ਲਾਓ, ਪਿਟਬੁੱਲ ਵਰਗੀ ਨਸਲ ਤੇ ਨਹੀਂ। ਪਿਟਬੁੱਲ ਨਾਲੋਂ ਆਵਾਰਾ ਕੁੱਤੇ ਜ਼ਿਆਦਾ ਖਤਰਨਾਕ ਨੇ। ਬੈਨ ਹਟਾ ਕੇ ਨਵੇਂ ਬਰੀਡਿੰਗ ਰੂਲਸ ਲਿਆਵੇ ਸਰਕਾਰ। ਕੀ ਪਿਟਬੁੱਲ ਤੇ ਲੱਗਣਾ ਚਾਹੀਦਾ ਬੈਨ? ਕਮੈਂਟ ਕਰਕੇ ਦਰਸ਼ਕ ਦੱਸਣ ਆਪਣੀ ਰਾਏ। ਤਾਂ ਪਿਟਬੁੱਲ ਅਤੇ ਹੋਰ ਕਈ ਵਿਦੇਸ਼ੀ ਨਸਲਾਂ ਤੇ ਘਰਾਂ ਦੇ ਵਿੱਚ ਰੱਖਣ ਅਤੇ ਨਾ ਹੀ ਬਰੀਡਿੰਗ ਕਰਨ ਤੇ ਕੇਂਦਰ ਸਰਕਾਰ ਦੇ ਵੱਲੋਂ ਪਾਬੰਦੀ ਲਗਾਈ ਗਈ ਹੈ, ਜਿਸ ਤੋਂ ਬਾਅਦ ਡੌਗਸ ਲਵਰ ਨਾ ਖੁਸ਼ ਨਜ਼ਰ ਆ ਰਹੇ ਨੇ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਫਲੋਰ ਦੇ ਬੱਸ ਅੱਡੇ ਨੇੜੇ ਦੀਆਂ, ਜਿੱਥੇ ਕੈਨਲ ਮਾਲਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਕੈਨਲ ਦੇ ਵਿੱਚ ਜਿੱਥੇ ਵੱਖ ਵੱਖ ਤਰੀਕੇ ਦੇ ਕੁੱਤੇ ਰੱਖੇ ਜਾਂਦੇ ਨੇ ਉਹਨਾਂ ਦੀ ਬਰੀਡਿੰਗ ਹੁੰਦੀ ਹੈ ਅਤੇ ਕਹਿ ਸਕਦੇ ਹੋ ਕਿ ਕੁੱਤਿਆਂ ਨੂੰ ਵੇਚਣ ਦਾ ਕਾਰੋਬਾਰ ਹੁੰਦਾ ਹੈ। ਤਾਂ ਉਹਨਾਂ ਦੀ ਵੈਲਫੇਅਰ ਕਲੱਬ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ, ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਮੰਗ ਕੀਤੀ ਹੈ ਉਹਨਾਂ ਨੇ ਕਿ ਨਵੇਂ ਪੈਟ ਸ਼ਾਪ ਅਤੇ ਬਰੀਡਿੰਗ ਰੂਲਸ ਦੇ ਵਿੱਚ ਸੋਧ ਕੀਤਾ ਜਾਵੇ ਅਤੇ ਪਿਟਬੁੱਲ ਵਰਗੇ ਅਤੇ ਹੋਰ ਕਈ ਵਿਦੇਸ਼ੀ ਨਸਲਾਂ ਤੇ ਜਿਨ੍ਹਾਂ ਤੇ ਬੈਨ ਲਗਾਇਆ ਗਿਆ ਹੈ ਉਹ ਬੈਨ ਨੂੰ ਹਟਾਇਆ ਜਾਵੇ, ਕਿਉਂਕਿ ਜ਼ਿਆਦਾਤਰ ਆਵਾਰਾ ਕੁੱਤੇ ਹਮਲਾ ਕਰਦੇ ਨੇ, ਨਾ ਕਿ ਪਾਲਤੂ ਪਿਟਬੁੱਲ। ਆਓ ਇਹਨਾਂ ਦੀ ਕਿਹੜੀ ਮੰਗ ਹੈ, ਸਰਕਾਰ ਤੋਂ ਕਿਹੜੀਆਂ ਮੰਗਾਂ ਰੱਖ ਰਹੇ ਨੇ, ਮੰਗ ਪੱਤਰ ਦੇ ਵਿੱਚ ਇਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਹੈ, ਇਹਨਾਂ ਦੇ ਮੂੰਹੋਂ ਸੁਣਦੇ ਹਾਂ। ਸਾਡੇ ਕਲੱਬ ਦਾ ਨਾਮ ਹੈਗਾ ਜੀ ਐਸ ਜੀ ਕਨਾਈਨ ਵੈਲਫੇਅਰ ਕਲੱਬ ਅਤੇ ਇਹ ਨੈਸ਼ਨਲ ਲੈਵਲ 'ਤੇ ਰਜਿਸਟਰ ਹੈ ਆਲਰੇਡੀ। ਅਤੇ ਮੰਗ ਪੱਤਰ ਸਾਡਾ ਇਹੀ ਹੈ ਕਿ ਜਿਹੜੀ ਆਹ ਸਰਕਾਰ ਨੇ ਨਵਾਂ ਰੂਲ ਲਿਆਂਦਾ ਆ ਕਿ ਬਹੁਤ ਸਾਰੀਆਂ ਡੌਗਸ ਬਰੀਡ ਜਿਹੜੀਆਂ ਉਹ ਬੈਨ ਕਰ ਦਿੱਤੀਆਂ ਆ, ਜਦਕਿ ਡੌਗਸ ਬਰੀਡ ਬੈਨ ਕਰਨ ਨਾਲ ਕਿਸੇ ਚੀਜ਼ ਦਾ ਹੱਲ ਨਹੀਂ ਹੋ ਰਿਹਾ। ਠੀਕ ਹੈ ਜੀ, ਹੱਲ ਕਰਨਾ ਸੀ ਤਾਂ ਪਹਿਲਾਂ ਸਟਰੀਟ ਡੌਗਸ ਦਾ ਹੱਲ ਕਰਦੇ। ਸਟਰੀਟ ਡੌਗਸ ਦੇ ਜੇ ਆਪਾਂ ਦੇਖਿਆ ਜਾਵੇ ਤਾਂ 80-85% ਜਿਹੜੀਆਂ ਡੌਗ ਬਾਈਟਸ ਆ ਉਹ ਸਟਰੀਟ ਡੌਗ ਵੱਲੋਂ ਹੋ ਰਹੀਆਂ, ਅਤੇ ਜਿਹੜੇ ਘਰੇਲੂ ਡੌਗਸ ਆ ਉਹਨਾਂ ਦੇ ਜਸਟ ਓਨਲੀ ਜੇ ਆਪਾਂ ਦੇਖਿਆ ਜਾਵੇ 15-10% ਜਿਹੜੀਆਂ ਬਾਈਟਸ ਹੋ ਰਹੀਆਂ, ਅਤੇ ਉਹ 15-10% ਬਾਈਟਸ ਨੂੰ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਕਿ ਬਹੁਤ ਜ਼ਿਆਦਾ ਖਤਰਨਾਕ ਆ। ਅਤੇ ਆਲਰੇਡੀ ਜਿਹੜੀ 80-85% ਸਟਰੀਟ ਡੌਗ ਕਰ ਰਹੇ ਆ ਉਹਨਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਬਾਰੇ ਸੋਚ ਰਹੇ ਹਾਂ, ਅਤੇ ਜੇਕਰ ਉਹਨਾਂ ਬਾਰੇ ਸੋਚਿਆ ਜਾ ਸਕਦਾ ਤਾਂ ਫਿਰ ਜਿਹੜੇ ਬਰੀਡਿੰਗ ਲਈ ਡੌਗ ਰੱਖੇ ਹੋਏ ਆ ਤਾਂ ਉਹਨਾਂ ਨੂੰ ਹੀ ਕਿਉਂ ਬੰਦ ਕੀਤਾ ਜਾਂਦਾ, ਜਾਂ ਜਿਹੜੀਆਂ ਬਰੀਡਸ ਆ ਉਹਨਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ? ਠੀਕ ਹੈ, ਤੁਹਾਡੀ ਪ੍ਰੋਪਰ ਗੱਲ ਨਹੀਂ ਸੁਣੀ ਜਾਂਦੀ, ਕੀ ਅਗਲਾ ਸਟੈਪ? ਅਗਲਾ ਸਟੈਪ ਅਸੀਂ ਆਲਰੇਡੀ ਮਤਲਬ ਸੋਚ ਚੁੱਕੇ ਹਾਂ, ਬਾਕੀ ਸਾਡੀਆਂ ਜਿਹੜੀਆਂ ਬਾਕੀ ਦਿੱਲੀ ਦੇ ਵਿੱਚ ਵੀ ਬੈਠੇ ਹੋਏ ਆ ਅਸ਼ੋਕ ਪ੍ਰਤਾਪ ਜੀ ਜਿਹੜੇ, ਉਹਨਾਂ ਦੇ ਨਾਲ ਸਾਡੀ ਗੱਲ ਹੋ ਰਹੀ ਆ ਅਤੇ ਉਹਨਾਂ ਨਾਲ ਵੀ ਗੱਲ ਹੋਈ ਆ ਅਤੇ ਅਸੀਂ ਕੋਰਟ ਵਿੱਚ ਵੀ ਜਾਵਾਂਗੇ, ਜਿੱਥੇ ਤੱਕ ਹੋਇਆ ਅਸੀਂ ਇਹਦਾ ਸਟੇ ਆਰਡਰ ਵੀ ਲਵਾਂਗੇ ਇਹਦਾ ਜੀ।